ਅਜਨਾਲਾ ਦੇ ਪਿੰਡ ਕਰੀਮਪੁਰਾ ਦੇ ਵਿੱਚ ਨਾਬਾਲਗਾ ਦੀਆਂ ਵੋਟਾਂ ਬਣਾਉਣ ਦਾ ਇਹ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਕਿ ਇੱਥੇ ਸਾਬਕਾ ਸਰਪੰਚ ਸਣੇ ਪਰਿਵਾਰ ਦੀਆਂ ਵੋਟਾਂ ਕੱਢ ਦਿੱਤੀਆਂ ਗਈਆਂ ਨੇ ਅਤੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਇਹ ਵੋਟਾਂ ਪਾ ਚੁੱਕੇ ਨੇ। ਸਾਬਕਾ ਸਰਪੰਚ ਦੇ ਪਤੀ ਦਾ ਕਹਿਣਾ ਹੈ ਕਿ ਬਾਹਰੀ ਵਿਅਕਤੀਆਂ ਦੀਆਂ ਵੋਟਾਂ ਪਿੰਡ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ ਅਤੇ ਵੋਟਰ ਲਿਸਟ ਦੇ ਵਿੱਚ ਇੱਕ ਵਿਅਕਤੀ ਦੀਆਂ ਅਲੱਗ ਅਲੱਗ ਵਾਰਡਾਂ ਦੇ ਵਿੱਚ ਵੋਟਾਂ ਬਣਾਈਆਂ ਗਈਆਂ ਨੇ। ਹੁਣ ਤੱਕ BDPO ਅਤੇ SDM ਅਤੇ ਇਸ ਨਾਲ ਇਲੈਕਸ਼ਨ ਕਮਿਸ਼ਨ ਨੂੰ ਵੀ ਉਹ ਦਰਖਾਸਤ ਦੇ ਚੁੱਕੇ ਨੇ। ਉਹਨਾਂ ਦਾ ਕਹਿਣਾ ਕਿ ਜੇਕਰ ਇਲੈਕਸ਼ਨ ਦੇ ਦਰਮਿਆਨ ਜਾਲੀ ਵੋਟਾਂ ਪਾਉਣ ਦੀ ਕੋਸ਼ਿਸ਼ ਹੋਈ ਤਾਂ ਤਕਰਾਰ ਵੀ ਹੋ ਸਕਦਾ। ਇਸ ਦੇ ਨਾਲ ਹੀ BDPO ਦਾ ਕਹਿਣਾ ਹੈ ਕਿ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਦੇ ਵਿੱਚ ਪੋਲੋਗ੍ਰਾਮ ਨਾ ਹੋਣ ਕਰਕੇ ਦਸਤਾਵੇਜ਼ ਅਸਲੀ ਨਹੀਂ ਲੱਗਦੇ। ਜੇਕਰ ਕਿਸੇ ਵਿਅਕਤੀ ਦੀ ਇੱਕ ਤੋਂ ਜ਼ਿਆਦਾ ਵੋਟਾਂ ਹੋਣਗੀਆਂ ਤਾਂ ਕੱਟ ਦਿੱਤੀਆਂ ਜਾਣਗੀਆਂ। ਉੱਥੇ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਕਿ ਜਿਨ੍ਹਾਂ ਦੀਆਂ ਵੋਟਾਂ ਕਿਸੇ ਕਾਰਨ ਨਹੀਂ ਬਣੀਆਂ ਉਹ ਫਾਰਮ ਨੰਬਰ 1 ਭਰ ਕੇ SDM ਨੂੰ ਦੇ ਸਕਦੇ ਨੇ ਅਤੇ ਆਪਣੀ ਵੋਟ ਵੀ ਬਣਵਾ ਸਕਦੇ ਨੇ। ਮਾਮਲਾ ਵੇਖੋ ਜੀ, ਸਾਡੇ ਪੰਚਾਇਤੀ ਇਲੈਕਸ਼ਨਾਂ ਚੱਲਣ ਦੀਆਂ, ਸਾਡਾ ਪਿੰਡ ਕਮੀਰਪੁਰਾ ਵਾ, ਮੈਂ ਅਸੀਂ ਵੀ ਉੱਥੇ ਸਰਪੰਚੀ ਕੀਤੀ ਹੈ, 10 ਸਾਲ ਕੀਤੀ ਆ, ਪਰ ਅਸੀਂ ਕਦੀ ਨਾ ਕਿਸੇ ਦੀਆਂ ਗਲਤ ਵੋਟਾਂ ਬਣਾਈਆਂ, ਨਾ ਕਟਾਈਆਂ, ਅੱਜ ਤੱਕ ਨਾ ਕੋਈ ਇਹੋ ਜਿਹਾ ਗਲਤ ਕੰਮ ਕੀਤਾ। ਜਦਕਿ ਹੁਣ ਸਾਡੇ ਪਿੰਡ 2 ਬੰਦੇ ਆ, ਇੱਕ ਤਾਂ ਰਿਸ਼ਪਾਲ ਸਿੰਘ ਹੈਗਾ ਵਾ, ਪੁੱਤਰ ਹਰੀ ਸਿੰਘ, ਬਲਵਿੰਦਰ ਕੌਰ ਆ ਪਤਨੀ ਰਿਸ਼ਪਾਲ ਸਿੰਘ, ਇਹ ਜਦਕਿ ਮੀਰਾਕੋਟ ਰਹਿੰਦੇ ਆ ਅਤੇ ਵੋਟਾਂ ਉਹਨਾਂ ਦੀਆਂ ਲਿਆ ਕੇ ਪਿੰਡ ਕਮੀਰਪੁਰੇ ਪਾਈਆਂ ਜਾਂਦੀਆਂ। ਫਿਰ ਇੱਕ ਇਹਨਾਂ ਨੇ 8-9 ਵੋਟਾਂ ਸਰਪੰਚ ਨੇ ਰਲ ਕੇ, ਸੈਕਟਰੀ ਦੇ ਨਾਲ ਰਲ ਕੇ, ਪਤਾ ਨਹੀਂ ਕਿ BLO ਨਾਲ ਰਲ ਕੇ ਇਹਨਾਂ ਨੇ ਵੋਟਾਂ ਬਣਾਈਆਂ, 8-9 ਵੋਟਾਂ ਬਣੀਆਂ, ਜਿਨ੍ਹਾਂ ਬੱਚਿਆਂ ਦੀਆਂ ਲੋਕ ਕਾਨਵੈਂਟ ਸਕੂਲਾਂ 'ਚ ਪੜ੍ਹਨ ਦੇ ਆ, ਉਮਰ ਸਾਰਿਆਂ ਦੀ, ਕਿਸੇ ਬੱਚੇ ਦੀ ਵੀ 18 ਸਾਲ ਨਹੀਂ ਹੈਗੀ, ਕਿਸੇ ਦੀ 17 ਸਾਲ ਆ, ਕਿਸੇ ਦੀ 15 ਸਾਲ ਆ, ਕਿਸੇ ਦੀ 16 ਸਾਲ ਆ, ਕਿਸੇ ਦੀ ਕਿੰਨੀ ਉਮਰ ਆ, 8-9 ਬੱਚੇ ਨਿੱਕੇ ਨਿੱਕੇ ਨਿਆਣਿਆਂ ਦੀਆਂ ਵੋਟਾਂ ਬਣਾ ਕੇ ਅਤੇ ਉਹਨਾਂ ਵੋਟਾਂ ਦੇ ਸਿਰ 'ਤੇ ਜਿੱਤਣਾ ਚਾਹੁੰਦੇ ਆ। ਜਦਕਿ ਅਸੀਂ ਚਾਹੁੰਦੇ ਹਾਂ ਵੀ ਨਿਰੋਲ ਇਲੈਕਸ਼ਨ ਹੋਵੇ, ਜਿਹੜਾ ਮਰਜ਼ੀ ਜਿੱਤ ਜੇ, ਪਰ ਨਿਰੋਲ ਇਲੈਕਸ਼ਨ ਹੋਣੀ ਚਾਹੀਦੀ ਹੈ। ਫਿਰ ਸਾਡੀਆਂ ਵੇਖੋ ਜੀ, ਕਈ ਵੋਟਾਂ ਸਾਡੀਆਂ ਪਿੰਡ 'ਚ, ਅਸੀਂ ਅੱਜ ਤੋਂ 10 ਸਾਲ ਅਸੀਂ ਸਰਪੰਚੀ ਕੀਤੀ ਆ, ਪਰ ਅਸੀਂ ਕਦੀ ਕਿਸੇ ਦੀ ਨਜਾਇਜ਼ ਵੋਟ ਨਹੀਂ ਕੱਟੀ, ਜਾਇਜ਼ ਵੀ ਨਹੀਂ ਕੱਟੀ ਅਤੇ ਨਜਾਇਜ਼ ਵੀ ਨਹੀਂ ਕੱਟੀ। ਜਦਕਿ ਸਰਕਾਰਾਂ ਵਿੱਚ ਤੁਹਾਨੂੰ ਪਤਾ ਸਭ ਕੁਝ ਕਰ ਸਕਦੇ ਹਾਂ, ਪਰ ਹੁਣ ਵੇਖੋ ਮੌਜੂਦਾ ਸਰਪੰਚ ਦੀ ਵੋਟ ਹੀ ਕੱਟਤੀ ਹੈ, ਅਮਨਦੀਪ ਕੌਰ ਸਾਬਕਾ ਸਰਪੰਚ ਆ, ਉਹਦੀ ਵੋਟ ਕੱਟੀ ਆ, ਫਿਰ ਸਾਡੇ ਬ੍ਰਦਰ ਆ ਉਹਨਾਂ ਦੀਆਂ ਵੋਟਾਂ ਕੱਟਤੀਆਂ, 8-9-10 ਵੋਟਾਂ ਨੇ ਜਿਹੜੀਆਂ ਮਤਲਬ ਨਜਾਇਜ਼ ਕਰਤੇ, ਜਦਕਿ ਉਹ ਵੋਟਾਂ MP 'ਚ ਪਾ ਕੇ ਤੁਰੇ ਆਉਂਦੇ ਆ, MP ਦੀ ਸੂਚੀ 'ਚ ਦਰਜ ਨੇ, ਅਤੇ ਜਦੋਂ ਪੰਚਾਇਤ ਦੀ ਵੋਟ ਸੂਚੀ ਵੇਖੀ ਆ ਉਹ 'ਚ ਸਾਡੀਆਂ ਵੋਟਾਂ ਹੀ ਹੈ ਨਹੀਂ। ਅਸੀਂ ਤਾਂ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ, ਸਾਡੀਆਂ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹ ਬਣਾਈਆਂ ਜਾਣ, ਜਿਹੜੀਆਂ ਨਾ ਗਲਤ ਤਰੀਕੇ ਨਾਲ ਨਜਾਇਜ਼ ਪ੍ਰੂਫ ਲਾ ਕੇ ਜਾਂ ਜੋ ਵੀ 420 ਕੀਤੀ ਆ ਉਹ ਜਾਂਚ ਕਰਕੇ ਵੋਟਾਂ ਕੱਟੀਆਂ ਜਾਣ, ਛੋਟੇ ਛੋਟੇ ਬੱਚਿਆਂ ਦੀਆਂ ਵੋਟਾਂ ਉਹ ਕੱਟੀਆਂ ਜਾਣੀਆਂ ਚਾਹੀਦੀਆਂ। ਬਾਕੀ ਵੇਖੋ ਜੀ, ਬਹੁਤ ਜ਼ਿਆਦਾ ਧਾਂਦਲੀ ਆ ਸਾਡੀ ਵਾਰਡ ਦੇ ਵਿੱਚ, ਜਿੰਨੀ ਪੰਚਾਇਤ ਦੇ ਵਿੱਚ ਆ, ਕਈ ਵੋਟਾਂ ਤੁਸੀਂ ਹਿਸਾਬ ਲਓ ਉਮਰ ਉਹਨਾਂ ਦੀ 40-50 ਸਾਲ ਹੈ ਰਣਜੀਤ ਸਿੰਘ ਦੀ, ਇਹ 'ਚ 66 ਸਾਲ ਵਿਖਾਈ ਗਈ ਹੈ। ਫਿਰ ਇੱਕ ਬੱਚੇ ਦੀ ਵੋਟ 2 'ਚ ਵੀ ਦਰਜ ਆ, ਮਾਂ ਪਿਓ ਵੀ ਉਹਦੇ 2 'ਚ ਆ, ਅਤੇ ਹੁਣ ਜਿਹੜੀ ਕੱਟ ਕੇ ਉਹਦੀ ਵੋਟ 4 'ਚ ਵੀ ਪਾਤੀ ਆ। ਦੋ ਵਾਰਡਾਂ 'ਚ ਵੋਟਾਂ ਵੀ 2 'ਚ ਵੀ ਮੌਜੂਦ ਆ ਅਤੇ 4 'ਚ ਵੀ ਪਾਤੀਆਂ ਨੇ, ਮਤਲਬ ਦੋ ਦੋ ਥਾਈ ਵੋਟ ਇੱਕ ਇੱਕ ਬੱਚੇ ਦੀ ਇਹਨਾਂ ਨੇ ਇੰਨੀ ਧਾਂਦਲੀ ਕੀਤੀ ਆ। ਇਹਨਾਂ ਨੂੰ ਇਹ ਵੀ ਨਹੀਂ ਸਮਝ ਆਈ ਵੀ ਇੱਕ ਵਾਰਡ 'ਚ ਹੀ ਰਹਿਣ ਦੀਏ, ਇਹਨਾਂ ਨੇ ਇੱਕੋ ਬੱਚੇ ਦੀਆਂ ਵੋਟਾਂ ਦੋ ਦੋ ਵਾਰਡਾਂ 'ਚ ਪਾਤੀਆਂ ਨੇ। ਬਿਲਕੁਲ ਜੀ, ਬੱਚਿਆਂ ਦੇ ਸਾਡੇ ਕੋਲ ਜਨਮ ਸਰਟੀਫਿਕੇਟ ਹੈਗੇ, ਸਾਰਾ ਕੁਝ ਹੈਗਾ ਜੀ। ਅਸੀਂ ਵਾਰ ਵਾਰ ਇਲੈਕਸ਼ਨ ਕਮਿਸ਼ਨ ਨੂੰ ਫੈਕਸ ਕੀਤੀ ਆ, SDM ਸਾਹਿਬ ਨੂੰ ਵੀ ਕੀਤੀ ਆ, BDO PA ਸਾਹਿਬ ਨੂੰ ਵੀ ਕੀਤੀ ਆ, ਸਾਰਿਆਂ ਨੂੰ ਕੀਤੀ ਆ, ਪਰ ਕੋਈ ਸੁਣਵਾਈ ਨਹੀਂ, ਨਾ ਸਾਨੂੰ ਕੋਈ ਆਉਂਦਾ, ਕੋਈ ਨਹੀਂ ਕਰਦੇ ਜੀ, ਕੁਛ ਨਹੀਂ ਹੋਣਾ ਜੀ, ਕਰਦੇ ਅਫਸਰ ਤੇ ਗੋਂਗਲੋਂ ਤੋਂ ਮਿੱਟੀ ਝੜੀ ਜਾਂਦੇ ਜੀ। ਕਾਰਨ ਉਹਨਾਂ ਹੋ ਸਕਦਾ ਪੈ ਪੂਏ ਖਾਧੇ ਹੋਣਗੇ ਇਹਨਾਂ ਨੇ, ਹੋਰ ਇਹੋ ਕਾਰਨ ਹੋ ਸਕਦਾ। ਅਸੀਂ ਕਹਿੰਦੇ ਸਾਨੂੰ ਇਨਸਾਫ ਦਵਾਓ, ਜਿਹੜੀਆਂ ਵੋਟਾਂ ਜਾਇਜ਼ ਆ ਉਹ ਬਿਲਕੁਲ ਰਹਿਣੀਆਂ ਚਾਹੀਦੀਆਂ, ਜਿਹੜੀਆਂ ਨਜਾਇਜ਼ ਬਣੀਆਂ ਉਹ ਕੱਟੀਆਂ ਜਾਣੀਆਂ ਚਾਹੀਦੀਆਂ।
ਉਹ ਵੇਖੋ ਜੀ, ਮੌਜੂਦਾ ਸਰਪੰਚ ਹੀ ਸੈਕਟਰੀ ਉਹਦੇ ਨਾਲ ਆ, ਸੈਕਟਰੀ ਨਾਲ ਰਲ ਕੇ ਉਹਨਾਂ ਗਲਤ ਵੋਟਾਂ ਬਣਾ ਲਈਆਂ। ਮੰਗ ਇਹੋ ਕਰਦੇ ਆ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ, ਸਾਡੇ ਨਾਲ ਧੱਕਾ ਹੁੰਦੇ ਆ। ਵੇਖੋ ਜੀ, ਜੇ ਹੁਣ ਮੰਨ ਲਓ ਕੋਈ ਬਾਹਰੋਂ ਪਿੰਡੋਂ ਵੋਟ ਪਾਉਣ ਆਉਂਦਾ ਤੇ ਕਿਸੇ ਨੇ ਨਜਾਇਜ਼ ਵੋਟ ਨਾ ਪੈਣ ਦੇਣੀ ਆ, ਤੇ ਨਾ ਹੀ ਅਸੀਂ ਤੇ ਇੱਥੋਂ ਤੱਕ ਫੈਸਲਾ ਕੀਤਾ ਭਾਵੇਂ ਜੋ ਮਰਜ਼ੀ ਹੋ ਜੇ, ਵੋਟ ਅਸੀਂ ਨਜਾਇਜ਼ ਨਹੀਂ ਪੈਣ ਦੇਣੀ। ਜੇ ਤੇ ਸਰਕਾਰ ਮੁਲਾਜ਼ਮ ਪ੍ਰਸ਼ਾਸਨ ਡੱਕ ਲੂਗਾ ਠੀਕ ਆ, ਨਹੀਂ ਤੇ ਪਿੰਡ ਵਾਸੀ ਆਪਣੇ ਤੌਰ ਤੇ ਫਿਰ ਡੱਕਣਗੇ, ਤੇ ਜਦੋਂ ਡੱਕਣਗੇ ਫਿਰ ਝਗੜਾ ਤੇ ਹੋਣਾ ਹੀ ਹੋਣਾ। ਨਹੀਂ, ਪੁਲਿਸ ਨੂੰ ਅਜੇ ਕੋਈ ਨਹੀਂ ਦਿੱਤੀ, ਅੱਜ ਅਸੀਂ ਬਣਾਇਆ ਵਾ ਕਿ ਪੁਲਿਸ ਨੂੰ ਵੀ ਦਰਖਾਸਤ ਦੇਵਾਂਗੇ ਜੀ। ਜਿਹੜੇ ਮੇਰੇ ਤੋਂ ਪਹਿਲੇ ਸੀਗੇ ERO ਸਾਹਿਬਾਨ, ਇਹ ਉਹਨਾਂ ਵੱਲੋਂ ਫਾਈਨਲ ਕੀਤੀ ਗਈ, ਕਿਉਂਕਿ ਜਦੋਂ ਅਸੀਂ 4-9 ਨੂੰ ਪ੍ਰਕਾਸ਼ਨਾ ਕਰ ਦਿੱਤੀ, ਉਹਦੇ 'ਚ ਰਿਪੋਰਟ ਲੈ ਕੇ ਪ੍ਰਕਾਸ਼ਨਾ ਹੁੰਦੀ ਹੈ, ਫਾਰਮ 1-2 ਦਿਨ 'ਤੇ ਓਬਜੈਕਸ਼ਨ ਲੈ ਗਏ ਸੀ, ਉਹਦੇ ਅਕੋਰਡਿੰਗਲੀ ਅਗਰ ਕੋਈ ਗਲਤ ਵੋਟ ਹੈ ਜੇ ਤੁਸੀਂ ਕਹਿ ਰਹੇ ਹੋ, ਉਹਦੇ 'ਤੇ ਪ੍ਰੋਪਰ ਇਨਕੁਆਇਰੀ ਕਰਕੇ ਉਹਨੂੰ ਡਿਲੀਟ ਕਰਤਾ ਜਾਏਗਾ ਉਸ ਤੋਂ ਪਹਿਲਾਂ ਤਾਂ। ਸਰ, ਉਹਨਾਂ ਕਿਹਾ ਕਿ ਸਾਡੇ ਕੋਲ ਐਵੀਡੈਂਸ ਹੈਗੇ ਆ ਕਿ ਉਹ ਅਡਲਟ ਨਹੀਂ ਹੈਗੇ, ਤਾਂ ਉਹਨਾਂ ਦੀਆਂ ਜਿਹੜੀਆਂ ਵੋਟਸ ਬਣਾਈਆਂ ਗਈਆਂ ਨੇ, ਔਰ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਸੈਕਟਰੀ ਨੇ ਉਹਨਾਂ ਦੀ ਮਿਲੀ ਭੁਗਤ ਨਾਲ ਨਾ। ਮੈਂ ਉਹੀ ਕਹਿ ਰਿਹਾ ਜੀ, ਦੈਟਸ ਅ ਪਾਰਟ ਆਫ ਇਨਕੁਆਇਰੀ, ਉਹ ਇਨਕੁਆਇਰੀ ਕਰਕੇ ਜੇ ਹੈਗਾ ਸਾਡੇ ਨੋਟਿਸ 'ਚ ਲਿਆਓ, ਤਾਂ ਜੋ ਅਸੀਂ ਫਰੀ ਐਂਡ ਫੇਅਰ ਇਲੈਕਸ਼ਨ ਕਰਾ ਸਕੀਏ। ਇਸ ਤੋਂ ਇਲਾਵਾ ਬਿਲਕੁਲ ਹੋਏਗੀ ਜੀ, ਇਸ ਕਾਨੂੰਨ ਅਨੁਸਾਰ। ਇੱਕ ਹੋਰ ਇਲਜ਼ਾਮ ਲਗਾਇਆ ਕਿ ਜਿਹੜਾ ਇੱਕ ਵਿਅਕਤੀ ਦੀਆਂ 2 ਵਾਰਡਾਂ ਦੇ ਵਿੱਚ ਵੋਟਾਂ ਬਣਾਈਆਂ ਗਈਆਂ ਨੇ। ਨਹੀਂ ਦੇਖੋ, ਇਹ ਤਾਂ ਜਿਹੜੀ ਡੁਪਲੀਕੇਟ ਵੋਟਸ ਬਣਦੀ ਹੈ ਨਾ, ਇਹ ਤਾਂ ਪਹਿਲੀ ਗੱਲ ਤਾਂ ਗਲਤ ਹੈ, ਪਰ ਉਹਦੇ 'ਚ ਜਿਹੜਾ ਆਪਣੇ ਸਰਕਾਰ ਦਾ ਇੱਕ ਇਲੈਕਸ਼ਨ ਕਮਿਸ਼ਨ ਦਾ DSC ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਡੁਪਲੀਕੇਟ ਜਿਹੜਾ ਹੁੰਦਾ ਉਹ ਆਇਡੈਂਟੀਫਾਈ ਵੈਸੇ ਹੀ ਹੋ ਜਾਂਦਾ, ਇਸ ਤਰ੍ਹਾਂ 2 ਵੋਟਾਂ ਬਣ ਨਹੀਂ ਸਕਦਾ। ਜੇ ਆਇਡੈਂਟੀਫਾਈ ਹੁੰਦਾ, ਫੋਟੋ ਵੀ ਅਗਰ ਸਿਮਿਲਰ ਹੈ ਤਾਂ ਵੀ ਉਹ DSC PSC 'ਚ ਆਏਗਾ, ਉਹ ਡਿਲੀਟ ਹੋ ਜਾਏਗੀ ਜੀ। ਅਗਰ ਕੋਈ ਹੈਗਾ ਤਾਂ ਉਹ ਵੀ ਸਾਡੇ ਧਿਆਨ 'ਚ ਲਿਆਓ। ਮੈਂ ਉਹੀ ਕਹਿ ਰਿਹਾ, ਜੇ ਮੰਨ ਲਓ ਅਗਰ ਗਲਤ ਬਣਾ ਦਿੱਤੀ ਕਿਸੇ ਨੇ, ਸਪੋਜ਼, ਪਹਿਲੀ ਗੱਲ ਤਾਂ ਬਣਨੀ ਨਹੀਂ ਚਾਹੀਦੀ, ਜੇ ਹੈਗੀ ਹੈ ਸਾਡੇ ਧਿਆਨ 'ਚ ਲਿਆਓ, ਸੋ ਦੈਟ ਅਸੀਂ ਹੁਣ ਉਹਨੂੰ ਠੀਕ ਤਾਂ ਕਰੀਏ, ਫਿਰ ਉਸ 'ਤੇ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ। ਦੇਸ਼ ਭਰ ਦੇ ਵਿੱਚ ਇਸ ਵੇਲੇ ਦੁਸ਼ਹਿਰੇ ਨੂੰ ਲੈ ਕੇ ਧੂਮ ਨਜ਼ਰ ਆ ਰਹੀ ਹੈ, ਅਤੇ ਇਸ ਵਿਚਾਲੇ ਚੰਡੀਗੜ੍ਹ ਦੇ ਸੈਕਟਰ 46 ਦੇ ਵਿੱਚ ਦੁਸ਼ਹਿਰੇ ਦਾ ਆਯੋਜਨ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ। ਉੱਥੇ ਦੱਸ ਦਈਏ ਕਿ ਇੱਥੇ ਸ਼੍ਰੀ ਸਨਾਤਨ ਧਰਮ ਦੁਸ਼ਹਿਰਾ ਕਮੇਟੀ ਦੇ ਵੱਲੋਂ ਸੈਕਟਰ 46 ਦੇ ਵਿੱਚ ਇਸ ਵਾਰ 103 ਫੁੱਟ ਦਾ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਬਣਾਇਆ ਗਿਆ ਅਤੇ ਰਾਵਣ ਦਹਨ ਕੀਤਾ ਜਾਣਾ। ਦੱਸ ਦਈਏ ਕਿ ਇੱਥੇ ਰਾਵਣ ਦੀਆਂ ਅੱਖਾਂ ਦੇ ਵਿੱਚੋਂ ਚਿੰਗਿਆਰੀ ਨਿਕਲਦੀ ਹੋਈ ਵੀ ਦਿਖਾਈ ਜਾਵੇਗੀ, ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਜਿਹੜੇ ਨੇ 80 ਤੋਂ ਲੈ ਕੇ 85 ਫੁੱਟ ਦੇ ਹੋਣਗੇ। ਕਮੇਟੀ ਦੇ ਵੱਲੋਂ ਇਹ 26ਵਾਂ ਦੁਸ਼ਹਿਰਾ ਉਤਸਵ ਜਿਹੜਾ ਹੈ ਆਯੋਜਿਤ ਕੀਤਾ ਗਿਆ, ਅਤੇ ਉੱਥੇ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ 92 ਫੁੱਟ ਦਾ ਰਾਵਣ ਦਹਨ ਹੋਇਆ ਸੀ ਅਤੇ ਇਸ ਵਾਰ 103 ਫੁੱਟ ਦਾ ਰਾਵਣ ਦਹਨ ਕੀਤਾ ਜਾਣਾ। ਅਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਰਾਮ ਜੀ ਅਤੇ ਰਾਵਣ ਦੀ ਸੈਨਾ ਜੋ ਕਿ ਰਥਾਂ 'ਤੇ ਸਵਾਰ ਹੋ ਕੇ ਯੁੱਧ ਕਰਦੀ ਨਜ਼ਰ ਆਏਗੀ, ਅਤੇ ਇਸੇ ਦਰਮਿਆਨ ਹੀ 1,00,000 ਦੇ ਕਰੀਬ ਲੋਕਾਂ ਦੇ ਪਹੁੰਚਣ ਦੀ ਵੀ ਉਹਨਾਂ ਨੂੰ ਉਮੀਦ ਹੈ। ਇਸ ਵਾਰ ਸਕੂਟੀ ਸਰ, ਸਾਡੀ ਸਕੂਟੀ ਸਰ 3-tier ਸਕੂਟੀ ਸਾਡੀ ਸਰ, ਅੱਗੇ ਪਹਿਲੀ ਸਕਿਉਰਟੀ ਸਾਡੇ ਆਪਣੇ ਵੈਂਡਰ ਦੀ ਹੈ, ਦੂਜੀ ਸਕਿਉਰਟੀ ਸਾਡੇ ਅਸੀਂ ਸਪੋਂਸ ਆਪਣਾ ਬਾਊਂਸਰ ਅਤੇ ਆਪਣਾ ਸਕਿਉਰਟੀ ਵਾਲੇ ਦਿੱਤੇ ਹੋਏ ਨੇ, ਤੀਜਾ ਜਿਹੜਾ ਟਾਇਰ ਹੋਏਗਾ ਉਹ ਸਰ ਆਪਣਾ ਪੁਲਿਸ ਦਾ ਇੰਤਜ਼ਾਮ ਕੀਤਾ ਜਾਏਗਾ। ਜਿਹਦੀ ਅੰਦਰ ਝਾਂਕਿਆਂ ਦੀ ਗੱਲ ਕੀਤੀ ਜਾਵੇ ਜੀ, ਇਸ ਵਾਰ ਕਿਸ ਤਰ੍ਹਾਂ ਝਾਂਕਿਆਂ ਦੇ ਬਾਰੇ ਤਿਆਰੀ ਕੀਤੀ ਗਈ ਹੈ, ਕਿਸ ਤਰ੍ਹਾਂ ਦੀ ਝਾਂਕੀਆਂ ਹੋਣਗੀਆਂ ਤਾਂ ਕਿ ਦਰਸ਼ਕ ਇੱਥੇ? ਜੀ ਜੀ, ਇਸ ਵਾਰ ਸਰ ਸ੍ਰੀ ਸਨਾਤਨ ਧਰਮ ਦੁਸ਼ਹਿਰਾ ਕਮੇਟੀ, ਸ੍ਰੀ ਸਨਾਤਨ ਧਰਮ ਮੰਦਰ ਸੈਕਟਰ 46 ਅਤੇ ਬੱਦਰੀ ਕਦਾਰ ਨਾਲ ਰਾਮਲੀਲਾ ਨੇ ਮਿਲ ਕੇ ਇਸ ਤਰ੍ਹਾਂ ਆਯੋਜਨ ਕੀਤਾ ਹੈ ਕਿ ਸਾਰੀਆਂ ਝਾਕੀਆਂ 'ਚ ਪ੍ਰਭੂ ਰਾਮ ਦੀ ਲੀਲਾ ਸ਼ੁਰੂ ਬਚਪਨ ਤੋਂ ਲੈ ਕੇ ਅਖੀਰ ਤੱਕ ਦਿਖਾਈ ਜਾਵੇ। ਉਹਦੇ 'ਚ 3 ਝਾਕੀਆਂ ਹੋਣਗੀਆਂ ਉਹਦੇ 'ਚ, ਅਤੇ ਸਾਡੇ 46 ਸੈਕਟਰ ਅਤੇ 45 ਸੈਕਟਰ 'ਤੇ ਪੂਰੀ ਯਾਤਰਾ ਕਰਨ ਤੋਂ ਬਾਅਦ ਇਹ ਤਕਰੀਬਨ 5:30 ਵਜੇ
ਮੇਲਾ ਗਰਾਊਂਡ ਵਿੱਚ ਇੰਟਰ ਕਰਨਗੀਆਂ। ਉਸ ਤੋਂ ਬਾਅਦ ਸਟੇਜ ਦੇ ਉੱਤੇ ਗਿਣਵੇਂ ਚੁਣਵੇਂ ਉੱਥੇ ਸੰਵਾਦ ਹੋਣਗੇ, ਜਿਵੇਂ ਕਿ ਲਕਸ਼ਮਣ ਪਰਸ਼ੁਰਾਮ ਸੰਵਾਦ, ਲਕਸ਼ਮਣ ਮੇਘਨਾ ਸੰਵਾਦ, ਰਾਵਣ ਹਨੂੰਮਾਨ ਸੰਵਾਦ, ਰਾਵਣ ਅੰਗਦ ਸੰਵਾਦ ਇਹ ਹੋਣਗੇ। ਇਸ ਤੋਂ ਬਾਅਦ ਜੋ ਅਸੀਂ ਪੁੱਤਰਾਂ 'ਚ ਇੱਕ ਨਵੀਂ ਚੀਜ਼ ਪੈਦਾ ਕਰ ਰਹੇ ਹਾਂ ਕਿ ਸਾਰੇ ਪੁੱਤਰੇ ਸਾਡੀ ਸਟੇਜ ਤੋਂ ਉਹ ਓਪਰੇਟ ਹੋਣਗੇ, ਉਹ ਇਲੈਕਟ੍ਰੋਨਿਕਲੀ ਸਾਰੇ ਪੁੱਤਰੇ ਸਟੇਜ ਤੋਂ ਓਪਰੇਟ ਹੋਣਗੇ, ਉਹ ਮੱਕੇ ਜੋ ਵੀ ਅੱਗ ਲੱਗੇਗੀ ਸਭ ਸਟੇਜ ਤੋਂ ਲੱਗੇਗੀ। ਮੈਨੂੰ ਵੀ ਉਹਦਾ ਕੋਈ ਇੰਤਜ਼ਾਮ ਕੀਤਾ ਗਿਆ, ਇਹ ਨਵੀਂ ਚੀਜ਼ ਪੇਸ਼ ਕਰ ਰਹੇ ਇਸ ਬਾਰੇ। ਸਰ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਡਰੋਨ ਅਤੇ ਇਹਦੇ ਉੱਤੇ ਆਪਣਾ ਛੋਟੇ ਹੈਲੀਕਾਪਟਰ ਦੇ ਉੱਤੇ ਅਤੇ ਛੋਟੇ ਏਅਰਕ੍ਰਾਫਟ ਉੱਤੇ ਬੈਨ ਲਗਾ ਰੱਖਿਆ। ਇਸ ਤੋਂ ਉਪਰੰਤ ਡੀ ਸੀ ਵੀ ਪਰਮਿਸ਼ਨ ਦੇ ਰਹੇ, ਇਸ ਤੋਂ ਬਾਅਦ ਏ ਟੀ ਸੀ ਵਾਲੇ ਵੀ ਪਰਮਿਸ਼ਨ ਦੇ ਰਹੇ ਸਾਨੂੰ। ਜੇ ਅਸੀਂ ਡੀ ਸੀ ਤੋਂ ਪਰਮਿਸ਼ਨ ਲੈ ਵੀ ਲਈਏ ਨਾ ਤਾਂ ਏ ਟੀ ਸੀ ਵਾਲੇ ਪਰਮਿਸ਼ਨ ਦੇ ਰਹੇ। ਛੋਟੀ ਰੀਜ਼ਨ ਕਰਕੇ ਨਾ ਉਹਨਾਂ ਨੇ ਡਰੋਨ ਵੀ ਬੰਦ ਕਰ ਰੱਖਿਆ 50 ਫੁੱਟ ਦੀ ਹਾਈਟ ਦੇ ਉੱਤੇ, ਪਲੱਸ ਆਪਣਾ ਇਹ ਛੋਟੇ ਏਅਰਕ੍ਰਾਫਟ ਵੀ ਬੰਦ ਕਰ ਰੱਖਿਆ। ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਤੋਂ ਪੂਰੇ ਪ੍ਰਭੂ ਭਗਤਾਂ ਨੂੰ ਦੁਸਹਿਰੇ ਦੇ ਸ਼ੁਭ ਅਵਸਰ ਦੇ ਉੱਪਰ ਬਹੁਤ ਬਹੁਤ ਮੁਬਾਰਕਬਾਦ ਦੇਣਾ ਵਾਂ ਅਤੇ ਉਹਨਾਂ ਦੇ ਪਰਿਵਾਰ ਦੀ ਸੁੱਖ ਸ਼ਾਂਤੀ ਸਮ੍ਰਿੱਧੀ ਦੀ ਵੀ ਸ਼ੁਭਕਾਮਨਾਵਾਂ ਵੇਟ ਕਰਦਾ ਹਾਂ। ਸਨਾਤਨ ਧਰਮ ਦੁਸਹਿਰਾ ਕਮੇਟੀ 27 ਸਾਲਾਂ ਤੋਂ ਦੁਸਹਿਰੇ ਨੂੰ ਸੈਲੀਬ੍ਰੇਟ ਕਰ ਰਹੀ ਹੈ ਔਰ ਹਰ ਸਾਲ ਸਨਾਤਨ ਧਰਮ ਦੁਸਹਿਰੇ ਕਮੇਟੀ ਦੀ ਕੋਸ਼ਿਸ਼ ਹੁੰਦੀ ਹੈ ਅਤੇ ਕੋਈ ਨਾ ਕੋਈ ਨਵੀਂ ਚੀਜ਼ ਆਪਣੇ ਪ੍ਰਭੂ ਭਗਤਾਂ ਨੂੰ ਉਹ ਦ੍ਰਿਸ਼ ਵੇਟ ਕੀਤੇ ਜਾਣ ਤਾਂ ਕਿ ਜਿਹੜੇ ਬੱਚੇ ਨੇ ਉਹ ਵੀ ਉਸ ਦ੍ਰਿਸ਼ ਦਾ ਆਨੰਦ ਲੈ ਸਕਣ ਅਤੇ ਆਪਣੀ ਲਾਈਫ ਦੇ ਵਿੱਚ ਉਸਨੂੰ ਪਾਲਣ ਵੀ ਕਰ ਸਕਣ। ਐਕਚੁਲੀ ਇਹ ਸਾਰਾ ਹੀ ਰਮਾਇਣ ਦਾ ਹੀ ਇੱਕ ਪਾਠ ਹੈ, ਉਹਦੇ ਬੱਚਿਆਂ ਨੂੰ ਸਿਖਾਉਣ ਵਾਸਤੇ, ਬੱਚਿਆਂ ਨੂੰ ਦੱਸਣ ਵਾਸਤੇ ਇਹ ਇੱਕ ਬਹੁਤ ਅੱਛਾ ਦ੍ਰਿਸ਼ ਅਸੀਂ ਵੇਟ ਕਰ ਰਹੇ ਹਾਂ ਸਾਰੇ ਜਿੰਨੇ ਵੀ ਪ੍ਰਭੂ ਭਗਤ ਉਹਨਾਂ ਸਾਰਿਆਂ ਵਾਸਤੇ। ਦੁਸਹਿਰਾ ਕਮੇਟੀ ਇਸ ਵਾਰੀ 2 ਰੱਥਾਂ ਦੇ ਉੱਪਰ ਇੱਥੋਂ ਸਵਾਰ ਹੋ ਕੇ ਇੱਥੋਂ ਚੰਡੀਗੜ੍ਹ ਤੋਂ ਚਲੇ ਗਈ, ਜਿਹਦੇ ਵਿੱਚ ਰਾਵਣ ਸੈਨਾ, ਰਾਮ ਸੈਨਾ ਇਹ ਆਪਣੇ ਦੋਨੋਂ ਇੱਥੋਂ ਚੱਲਣਗੀਆਂ ਮੰਦਿਰ ਤੋਂ। ਹਮੇਸ਼ਾ ਹੀ ਇੱਕ ਇਕੱਲਾ 46 ਸੈਕਟਰ ਹੀ ਹੈ ਦੁਸਹਿਰਾ ਕਮੇਟੀ, ਜਿੱਥੇ ਕਿ ਦੋਨੋਂ ਸੈਨਾਵਾਂ ਸੈਕਟਰ 46 ਮੰਦਿਰ ਤੋਂ ਸ਼ੁਰੂ ਹੁੰਦੀਆਂ ਨੇ ਅਤੇ ਪੂਰੇ ਸੈਕਟਰ 46-45 ਦਾ ਚੱਕਰ ਲਗਾ ਕੇ ਔਰ ਕਈ ਜਗ੍ਹਾ ਦੇ ਉੱਪਰ ਇਸ ਦਾ ਆਪਣੇ ਸਵਾਗਤ ਹੁੰਦਾ ਹੋਵੇ। ਰਾਮ ਸੈਨਾ, ਰਾਵਣ ਸੈਨਾ ਰੱਥਾਂ ਦੇ ਉੱਪਰ ਸਵਾਰ ਹੁੰਦੇ ਨੇ, ਟਰੱਕਾਂ ਦੇ ਉੱਪਰ ਸਵਾਰ ਹੁੰਦੇ ਨੇ ਅਤੇ ਪੂਰੇ ਸੈਕਟਰ ਦਾ ਚੱਕਰ ਲਗਾਉਂਦੇ ਹੋਵੇ, ਲੋਕਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿ ਸਾਡੇ ਸਮਾਜ ਦੇ ਵਿੱਚ ਸੁੱਖ ਸ਼ਾਂਤੀ ਸਮ੍ਰਿੱਧੀ ਰਹੇ, ਉਹ ਆਸ਼ੀਰਵਾਦ ਦਿੰਦੇ ਹੋਏ ਸਾਡੇ ਅੱਗੇ ਪੰਡਾਲ ਦੇ ਵਿੱਚ ਲਗਭਗ ਕੋਈ 4:45 ਵਜੇ ਦੋਨੋਂ ਸੈਨਾਵਾਂ ਉੱਥੇ ਪਹੁੰਚ ਜਾਂਦੀਆਂ। ਕਿੰਨਾ ਕੁੱਚਾ ਰਾਵਣ ਹੋਏਗਾ, ਕਿੰਨੇ ਰਾਵਣ ਕੁੰਭਕਰਨ ਔਰ ਮੇਘਨਾ? ਦੇਖੋ, ਜਿੱਥੋਂ ਤੱਕ ਰਾਵਣ ਦਾ ਸਵਾਲ ਹੈ, ਰਾਵਣ ਜਿਹੜਾ ਹੈਗਾ ਵੇ ਇਹ ਲਗਭਗ ਸਾਡੀ ਕੋਸ਼ਿਸ਼ ਚੱਲ ਰਹੀ ਹੈ 101-102-103 ਫੁੱਟ ਦੇ ਆਸ ਪਾਸ ਕੀਤਾ ਜਾਵੇ, ਲੇਕਿਨ ਜਿਹੜੀ ਐਗਜੈਕਟ ਹਾਈਟ ਹੈ ਉਹ ਉਸ ਵੇਲੇ ਹੀ ਪਤਾ ਲੱਗਦੀ ਹੈ। ਕਈ ਵਾਰ 1 ਫੁੱਟ ਜ਼ਿਆਦਾ ਵੀ ਹੋ ਸਕਦੀ ਹੈ, 1 ਫੁੱਟ ਘੱਟ ਵੀ ਹੋ ਸਕਦੀ ਹੈ, ਕਿਉਂਕਿ ਉਹਦਾ ਇਹ ਕਾਰਨ ਹੈ ਕਿ ਜਿਹੜੇ ਪਾਈਪ ਨੇ ਉਹ ਪਾਈਪ ਜਿਹੜੇ ਜ਼ਮੀਨ ਦੇ ਵਿੱਚ ਕਈ ਵਾਰੀ 2 ਫੁੱਟ, ਕਈ ਵਾਰੀ 3 ਫੁੱਟ, ਕਈ 4 ਫੁੱਟ ਸਰਕਲ ਸਟਾਂਸਿਸ ਦੇ ਹਿਸਾਬ ਦੇ ਨਾਲ ਉਹ ਜਿਹੜੇ ਕਰਨੇ ਪੈਂਦੇ ਨੇ, ਇਹ ਇਸ ਪਿੱਛੇ ਹਾਈਟ ਦਾ ਐਗਜੈਕਟ 100 ਫੁੱਟ ਦੇ ਉੱਪਰ ਉੱਪਰ ਹੀ ਡੈਫੀਨੇਟਲੀ ਹੋਏਗੀ, ਇਹ ਉਸ ਵੇਲੇ ਹੀ ਇੱਕ ਪਤਾ ਲੱਗਦਾ। ਆਤਿਸ਼ਬਾਜ਼ੀ ਕਿਸ ਤਰ੍ਹਾਂ ਦੀ ਹੋਏਗੀ? ਆਤਿਸ਼ਬਾਜ਼ੀ ਫਰੈਂਡਲੀ, ਇੱਕੋ ਫਰੈਂਡਲੀ ਜਿਹੜੀ ਆਤਿਸ਼ਬਾਜ਼ੀ ਹੋਵੇਗੀ ਉਹਦਾ ਆਪਣੇ ਨਿਗਾਰ ਕੀਤਾ ਗਿਆ ਹੋਵੇ, ਉਹ ਇੱਕੋ ਫਰੈਂਡਲੀ ਐਜ ਪਰ ਗੋਵਰਮੈਂਟ ਅਪਰੂਵ
ਜੋ ਹੈ ਅਸੀਂ ਹਮੇਸ਼ਾ ਹੀ ਉਹ ਆ ਲਾ ਬਾਈਂਡਿੰਗ ਮੈਨ ਅਸੀਂ ਗਵਰਨਮੈਂਟ ਦੇ ਜਿੰਨੇ ਵੀ ਹੁੰਦੇ ਨੇ ਉਹਨਾਂ ਨੂੰ ਫਾਲੋ ਕਰਦੇ ਹਾਂ। ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਵੇਲੇ ਮਾਹੌਲ ਪੱਖਿਆ ਹੋਇਆ ਨਜ਼ਰ ਆ ਰਿਹਾ ਅਤੇ ਇਸੇ ਦਰਮਿਆਨ ਹੀ ਰਾਜਪੁਰਾ ਘਨੌਰ ਦੇ ਵਿੱਚ ਜਬਰਨ ਪਰਚਾ ਰੱਦ ਕਰਨ ਦਾ ਦੋਸ਼ ਲਗਾਇਆ ਗਿਆ ਅਤੇ ਇਸੇ ਦੇ ਚੱਲਦੇ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਧਿਰਾਂ ਦੇ ਵੱਲੋਂ ਗਗਨ ਚੌਂਕ ਦੇ ਵਿੱਚ ਧਰਨਾ ਕੀਤਾ ਗਿਆ ਅਤੇ ਉੱਧਰ ਹੀ ਰਾਜਪੁਰਾ ਹਲਕੇ ਦੇ ਵਿਧਾਇਕ ਨੇ ਆਪਣੇ ਰਿਹਾਇਸ਼ 'ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ, ਭਾਜਪਾ ਅਤੇ ਅਕਾਲੀਆਂ ਦੇ ਵੱਲੋਂ ਜਾਣ ਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਅਤੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰਾਂ ਵੱਲੋਂ ਰਾਜ ਮਾਰਗ 'ਤੇ ਜੋ ਪ੍ਰਦਰਸ਼ਨ ਕਰ ਰਹੇ ਨੇ ਉਸ ਦੀ ਨਿੰਦਾ ਕਰਦੇ ਨੇ ਅਤੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਆਪਣਾ ਵਿਰੋਧ ਜਿਤਾਉਣਾ ਹੈ ਤਾਂ ਉਹਨਾਂ ਦੇ ਵੱਲੋਂ SDM ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਣਾ ਚਾਹੀਦਾ। ਇਸ ਦੇ ਨਾਲ ਹੀ ਉਹਨਾਂ ਇਹ ਵੀ ਆਖਿਆ ਕਿ ਇੱਥੇ ਸ਼ਰੇਆਮ ਹੀ ਬੇਬੁਨਿਆਦ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ। ਇਸ ਦੇ ਨਾਲ ਹੀ ਕਿਹਾ ਗਿਆ ਕਿ 5-10% ਜਿਹੜੀ ਨਾਮਜ਼ਦਗੀ ਹੈ ਰੱਦ ਕੀਤੀ ਗਈ ਹੈ ਕਿਉਂਕਿ ਕਾਗਜ਼ਾਂ ਦੇ ਵਿੱਚ ਕਮੀਆਂ ਪਾਈਆਂ ਗਈਆਂ ਅਤੇ ਇਸ ਦੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਮਾਹੌਲ ਖਰਾਬ ਕੀਤਾ ਗਿਆ ਤਾਂ ਫਿਰ ਅਜਿਹੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਪ੍ਰਤੀ ਇਮਾਨਦਾਰੀ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਜਿਹੜੀ ਜ਼ਿੰਮੇਵਾਰੀ ਹੈ ਉਹ ਸੌਂਪੀ ਜਾਵੇਗੀ। ਤੁਹਾਡਾ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਕਰਨ ਦਾ ਲਈ ਰੱਖੀ ਗਈ ਹੈ ਕਿ ਜਿਵੇਂ ਤੁਸੀਂ ਜਾਣਦੇ ਹੋ ਇਲੈਕਸ਼ਨ ਟਾਈਮ ਆ ਗਿਆ ਔਰ ਪੱਤਰਕਾਰ ਹੀ ਐਸੇ ਇੱਕ ਜ਼ਰੀਆ ਹੁੰਦਾ ਲੋਕਾਂ ਤੱਕ ਕਿ ਜੋ ਸੱਚਾਈ ਪਹੁੰਚਾਉਂਦੇ ਨੇ। ਅੱਜ ਦੀ ਜਿਹੜੀ ਮੇਨ ਗੱਲ ਦਾ ਵਿਸ਼ਾ ਹੈਗਾ ਕਿ ਅੱਜ ਤੁਹਾਨੂੰ ਪਤਾ ਸਵੇਰ ਤੋਂ ਕਾਂਗਰਸ, ਅਕਾਲੀ ਅਤੇ ਭਾਜਪਾ ਵਾਲਿਆਂ ਨੇ ਮਿਲ ਕੇ ਹਾਈਵੇ ਜਾਮ ਕਰ ਰੱਖਿਆ। ਮੈਂ ਉਹਦੀ ਬਹੁਤ ਨਿੰਦਾ ਕਰਦੀ ਹਾਂ ਕਿ ਹਾਈਵੇ ਜਾਮ ਕਰਕੇ ਤੁਸੀਂ ਸਾਰੀ ਦੁਨੀਆ ਨੂੰ ਪਰੇਸ਼ਾਨ ਕਰ ਰੱਖਿਆ। ਕੋਈ ਗੱਲ ਹੈ, ਕੋਈ ਦਿੱਕਤ ਹੈ, ਤੁਸੀਂ ਬੈਠੋ SDM ਦੇ ਆਫਿਸ ਦੇ ਬਾਹਰ ਬੈਠੋ, ਕਿਤੇ ਵੀ ਬੈਠੋ, ਪਰ ਹਾਈਵੇ ਜਾਮ ਨਾ ਕਰੋ। ਸੁਬਹਾ ਤੋਂ ਲੋਕ ਪਰੇਸ਼ਾਨ ਹੋ ਰਹੇ ਨੇ ਔਰ ਅੱਜ ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ ਕਿ ਇਹ ਸਾਡੇ ਸਾਬਕਾ ਵਿਧਾਇਕ ਬੈਠ ਕੇ ਨਾਅਰੇ ਲਾ ਰਹੇ ਨੇ, ਧਰਨੇ ਲਾ ਰਹੇ ਨੇ। ਇਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕਰਦੇ ਆਏ ਹੁਣ ਤੱਕ? ਤੁਸੀਂ ਇਹੀ ਕੁਛ ਕੀਤਾ, ਹਮੇਸ਼ਾ ਲੋਕਾਂ ਨਾਲ ਧੱਕਾ ਕੀਤਾ। ਸਰਪੰਚੀ ਇਲੈਕਸ਼ਨ ਤਾਂ ਹੋਣ ਹੀ ਨਹੀਂ ਦਿੰਦੇ ਸੀ, ਧੱਕਾ ਚੱਲਦਾ ਸੀ, ਪਰ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ। ਸਾਡੇ CM ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਸਹਿਮਤੀ ਬਣਾਓ। ਜਿਹੜੇ ਪਿੰਡ 'ਚ ਸਹਿਮਤੀ ਬਣਦੀ ਹੈ ਉੱਥੇ ਜਾ ਕੇ ਕੋਈ ਵੀ ਬੰਦਾ ਖੜਾ ਤੇ ਹੋਣ ਨੂੰ ਤਿਆਰ ਨਹੀਂ, ਕਿਸੇ ਨਾ ਕਿਸੇ ਨੂੰ ਪੈਸੇ ਦੇ ਕੇ ਉਹਨਾਂ ਦੇ ਫਾਰਮ ਭਰਾ ਰਹੇ ਨੇ। ਲਾਹਨਤ ਹੈ ਇਸ 'ਤੇ ਲੋਕਾਂ 'ਤੇ, ਮੈਂ ਇਹੀ ਕਹੂੰਗੀ, ਲਾਹਨਤ ਹੈ ਕਿ ਪਹਿਲਾਂ ਤਾਂ ਤੁਸੀਂ ਜੋ ਗੰਦ ਪਾਇਆ ਹੁਣ ਵੀ ਤੁਸੀਂ ਗੰਦ ਪਾ ਰਹੇ ਹੋ। ਹੁਣ ਇਹ ਕਹਿੰਦੇ ਆ ਜੀ ਇਹਨਾਂ ਨੇ ਪਰਚੇ ਕੈਂਸਲ ਕਰਾਏ ਹੈ। ਜੇ ਅਸੀਂ ਪਰਚੇ ਇਹਨਾਂ ਵਾਂਗੂ ਕੈਂਸਲ ਕਰਾਉਣੇ ਹੁੰਦੇ, 95 ਪਿੰਡ ਹੈ, ਅਸੀਂ ਸਾਰਿਆਂ ਦੇ ਕਰਾਉਂਦੇ, ਅਸੀਂ 5-10% ਦੇ ਕਿਉਂ ਕਰਾਉਂਦੇ? ਜਿਹੜੇ 5-10% ਪਰਚੇ ਕੈਂਸਲ ਹੋਏ ਆ, ਜਿਨ੍ਹਾਂ ਵਿੱਚ ਕੋਈ ਕਮੀਆਂ ਲੱਭੀਆਂ ਗਈਆਂ, ਆਫਿਸਰ ਸਾਹਿਬਾਨਾਂ ਨੇ ਪਰਚਿਆਂ ਦੀ ਜਿਹੜੀ ਛਾਨਬੀਨ ਹੁੰਦੀ ਹੈ, ਜਿਹੜੀ ਅਪਲਾਈ ਕੀਤੇ ਫੋਰਮ, ਉਹ ਛਾਨਬੀਨ ਕੀਤੀ, ਉਹ 'ਚ ਜੋ ਵੀ ਕਮੀਆਂ ਨਿਕਲੀਆਂ ਤਾਂ ਉਹ ਪਰਚੇ ਕੈਂਸਲ ਹੋਏ ਆ। ਜੇ ਅਸੀਂ ਪਰਚੇ ਕੈਂਸਲ ਹੀ ਕਰਾਉਣੇ ਹੁੰਦੇ, ਅਸੀਂ ਕੱਲ੍ਹ ਭਰਨੇ ਹੀ ਨਾ ਦਿੰਦੇ, ਜਿਵੇਂ ਇਹ ਹਮੇਸ਼ਾ ਕਰਦੇ ਸੀਗੇ, ਦਰਵਾਜ਼ੇ ਬੰਦ ਕਰ ਦਿੰਦੇ ਸੀ, ਪੇਪਰ ਫਾੜ ਦਿੰਦੇ ਸੀ। ਪਰ ਨਹੀਂ, ਅਸੀਂ ਸ਼ਾਂਤੀ ਪ੍ਰਿਯ ਲੋਕ ਹਾਂ, ਸ਼ਾਂਤੀ ਨਾਲ ਚੱਲਣ ਆਏ ਹਾਂ। ਤਾਂ ਇਸ ਕਰਕੇ ਮੈਂ ਇਹੀ ਕਹੂੰਗੀ, ਇਹਨਾਂ ਨੂੰ ਇੱਕ ਪਿਆਰ ਨਾਲ ਵੀ ਕਹਿੰਦੀ ਔਰ ਵਾਰਨਿੰਗ ਵੀ ਦਿੰਦੀ ਹਾਂ ਵੀ ਤੁਹਾਨੂੰ ਆਦਤ ਹੈ ਗੰਦ ਪਾਉਣ ਦੀ, ਤੁਹਾਨੂੰ ਇੱਕ ਵਾਰਨਿੰਗ ਸਮਝ ਲਓ, ਚੇਤਾਵਨੀ ਸਮਝ ਲਓ ਮੇਰੀ। ਐਕਤੀ ਵਾਰ ਜੇ ਪਿੰਡਾਂ ਦੇ ਇਲੈਕਸ਼ਨਾਂ 'ਚ, ਸਰਪੰਚੀ ਇਲੈਕਸ਼ਨਾਂ 'ਚ ਤੁਸੀਂ ਗੰਦ ਪਾਉਣ ਦੀ ਕੋਸ਼ਿਸ਼ ਕੀਤੀ, ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ। ਅਸੀਂ ਪਿੰਡਾਂ 'ਚ ਭਾਈਚਾਰਾ ਕਾਇਮ ਕਰਦੇ ਹਾਂ ਔਰ ਤੁਹਾਡੇ ਮਾਧਿਅਮ ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਇਹਨਾਂ ਦੇ ਮਗਰ ਨਾ ਲੱਗੋ, ਭਾਈਚਾਰਕ ਸਾਂਝ ਨੂੰ ਰੱਖੋ, ਕਿਸੇ ਵੀ ਪਾਰਟੀ ਦੇ ਮਗਰ ਨਾ ਲੱਗੋ, ਭਾਈਚਾਰਕ ਸਾਂਝ ਨੂੰ ਕਾਇਮ ਕਰਦੇ ਹੋਏ ਪਿੰਡ ਦਾ ਸਰਪੰਚ ਬਣਾਓ, ਨਾ ਕਿ ਕਿਸੇ ਪਾਰਟੀ ਦਾ। ਜੋ ਵੀ ਜਿੱਤ ਕੇ ਆਜੂਗਾ ਸਾਡੇ ਲਈ ਅਸੀਂ ਉਹਦਾ ਵੈਲਕਮ ਕਰਾਂਗੇ। ਅੱਜ ਤੱਕ 2.5 ਸਾਲਾਂ 'ਚ ਇੱਕ ਵੀ ਪਿੰਡ ਦਾ ਸਰਪੰਚ ਕਹਿ ਦੇ ਵੀ ਸਾਡੇ ਨਾਲ ਵਿਤਕਰਾ ਹੋਇਆ। ਜੋ ਵੀ ਸਰਕਾਰ ਵੱਲੋਂ ਫੰਡ ਆਏ ਆ ਸਭ ਨੂੰ ਵੰਡ ਕੇ ਦਿੱਤੇ ਗਏ ਨੇ। ਅਸੀਂ
ਉਹ ਮਾਹੌਲ ਬਣਾਉਣਾ ਚਾਹੁੰਦੇ ਹਾਂ ਕਿ ਪਿੰਡਾਂ 'ਚ ਭਾਈਚਾਰਾ ਕਾਇਮ ਹੋਵੇ, ਨਾ ਕਿ ਲੜਾਈਆਂ। ਔਰ ਇਹਨਾਂ ਨੇ ਗੰਦ ਪਾਉਣ ਲੱਗੇ ਹੋਏ ਨੇ, ਇਹਨਾਂ ਨੂੰ ਆਪਦੀਆਂ ਸੱਚਾਈਆਂ ਅੱਗੇ ਆ ਰਹੀਆਂ ਨੇ। ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ ਡਾਕਟਰ ਅਨਿਲ ਗੋਇਲ ਦੇ ਵੱਲੋਂ ਜਿੱਥੇ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ, ਅਤੇ ਇਸ ਦੌਰਾਨ ਉਹਨਾਂ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਹੈ ਅਤੇ ਓ ਪੀ ਡੀ ਸੇਵਾਵਾਂ ਦਾ ਵੀ ਨਿਰੀਖਣ ਕੀਤਾ, ਅਤੇ ਇਸੇ ਦਰਮਿਆਨ ਉਹਨਾਂ ਵੱਲੋਂ ਐੱਸ ਐੱਮ ਓ ਦੀ ਵੀ ਕਲਾਸ ਲਗਾਈ ਗਈ ਹੈ। ਦਰਅਸਲ ਇੱਥੇ ਐੱਸ ਐੱਮ ਓ ਦੇ ਕਮਰੇ ਦੇ ਵਿੱਚ ਏ ਸੀ ਚੱਲ ਰਿਹਾ ਸੀ, ਜਦਕਿ ਐਮਰਜੈਂਸੀ ਵਾਰਡ ਦੇ ਵਿੱਚ ਏ ਸੀ ਨਹੀਂ ਚੱਲ ਰਿਹਾ ਸੀ, ਤਾਂ ਇਸ ਨੂੰ ਲੈ ਕੇ ਸਵਾਲ ਕੀਤਾ ਗਿਆ ਕਿ ਐਮਰਜੈਂਸੀ ਵਾਰਡ ਦੇ ਵਿੱਚ ਆਖਰ ਏ ਸੀ ਬੰਦ ਕਿਉਂ। ਉੱਥੇ ਹੀ ਦੱਸ ਦੇ ਕਿ ਇੱਥੇ ਜਿਹੜੀ ਐੱਸ ਐੱਮ ਓ ਦੀ ਜੰਮ ਕੇ ਕਲਾਸ ਲਗਾਈ ਗਈ ਹੈ, ਅਤੇ ਇਸ ਦੇ ਨਾਲ ਹੀ ਹਸਪਤਾਲ ਦੇ ਡਾਕਟਰ ਅਤੇ ਹੋਰ ਕਰਮਚਾਰੀਆਂ ਦੀ ਹਾਜ਼ਰੀ ਰਜਿਸਟਰ ਵੀ ਚੈੱਕ ਕੀਤੇ ਗਏ ਨੇ। ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਠਿੰਡਾ ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਇਸ ਹਸਪਤਾਲ ਦੇ ਵਿੱਚ ਆਮ ਮਰੀਜ਼ਾਂ ਤੋਂ ਇਲਾਵਾ ਐਮਰਜੈਂਸੀ ਕੇਸ ਵੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ, ਅਤੇ ਇਹ ਵੀ ਦੱਸਿਆ ਗਿਆ ਕਿ ਹਸਪਤਾਲ ਦੇ ਵਿੱਚ ਵੱਖ ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਤੈਨਾਤ ਨੇ। ਪਰ ਉੱਥੇ ਹੀ ਦੱਸ ਦਈਏ ਕਿ ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਵੇਖਦਿਆਂ ਹੋਇਆਂ ਡਾਕਟਰ ਨਰਸਾਂ ਅਤੇ ਹੋਰ ਸਟਾਫ ਦੀ ਜਿਹੜੀ ਘਾਟ ਆ ਵੀ ਰਹੀ ਹੈ ਉਸ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ। ਇਹ ਅੱਜ ਰੂਟੀਨ ਦੀ ਸਪੋਰਟਿਵ ਸੁਪਰਵੀਜ਼ਨ ਵਾਸਤੇ ਮੈਂ ਉਰੇ ਆਇਆ ਸੀਗਾ ਅੱਜ, ਅਤੇ ਇਹਦੀ ਇਤਲਾਹ ਅਸੀਂ ਪਹਿਲਾਂ ਹੀ ਦਿੱਤੀ ਸੀਗੀ। ਅਤੇ ਜਿਹੜਾ ਭਵਾਨੀਗੜ੍ਹ ਆ ਸਾਡਾ, ਇਹ ਸੀ ਐੱਚ ਸੀ ਹੈਗੀ ਹੈ, 30-bedded, ਇੱਥੇ ਸਰਜਨ ਹੈਗੇ ਆ, ਗੈਨਾਕੋਲੋਜਿਸਟ ਹੈ, ਡੈਂਟਲ ਸਰਜਨ ਹੈ, ਇੱਕ ਮੈਡੀਕਲ ਸਪੈਸ਼ਲਿਸਟ ਹੈ ਜਿਹੜੇ ਕਿ 1 ਸਾਲ ਦੀ ਛੁੱਟੀ 'ਤੇ ਸੀਗੀ, ਦਸੰਬਰ 'ਚ ਜੁਆਇਨ ਕਰ ਜਾਣਗੇ। ਸਾਡੇ ਕੋਲ 2 ਐਮਰਜੈਂਸੀ ਮੈਡੀਕਲ ਆਫਿਸਰਸ ਵੀ ਹੈਗੇ ਆ ਉਰੇ, ਅਤੇ ਇੱਥੋਂ ਦੀ ਜਿਹੜੀ ਲਗਭਗ ਓ ਪੀ ਡੀ ਹੈਗੀ ਹੈ ਉਹ 6500 to 7000 ਜਿਹੜੀ ਹੈਗੀ ਹੈ ਓ ਪੀ ਡੀ ਮਹੀਨੇ ਦੀ ਹੋ ਜਾਂਦੀ ਹੈ, ਅਤੇ ਲਗਭਗ 250 to 300 ਆਈ ਪੀ ਡੀ ਵੀ ਹੋ ਜਾਂਦੀ ਹੈ। ਇਹਦੇ ਵਿੱਚ ਲਗਭਗ 60-70 ਡਿਲੀਵਰੀਆਂ ਹੋ ਜਾਂਦੀਆਂ, ਜਿਨ੍ਹਾਂ ਦੇ ਵਿੱਚੋਂ 25-30 ਜਿਹੜੀਆਂ ਹੈਗੀਆਂ ਉਹ ਨੋਰਮਲ ਡਿਲੀਵਰੀਜ਼ ਹੈ, ਅਤੇ ਬਾਕੀ ਸਜੇਰੀਅਨ ਸੈਕਸ਼ਨ ਵੀ ਸਾਡੇ ਕੰਮ ਕਰ ਰਹੇ ਆ, ਸਾਡੇ ਡਾਕਟਰ ਹੈ ਜਿਹੜੇ ਉਹ ਕਰ ਰਹੇ ਆ। ਤਾਂ ਇਸ ਦੇ ਨਾਲ ਹੀ ਸਾਡਾ ਡੈਂਟਲ ਵਿੰਗ ਵੀ ਅੱਛਾ ਕੰਮ ਕਰ ਰਿਹਾ। ਅੱਜ ਸਾਡੇ ਕੋਲ ਈ ਡੀ ਐੱਲ 201 ਹੈਗੀਆਂ, ਲਗਭਗ 60-65 ਸਾਡੇ ਕੋਲ ਨੋਨ ਈ ਡੀ ਐੱਲ ਦਵਾਈਆਂ ਵੀ ਹੈਗੀਆਂ। ਮੈਂ ਮਰੀਜ਼ਾਂ ਦੀਆਂ ਜਾ ਕੇ ਕੋਲੇਜ ਵੀ ਜਾ ਕੇ ਚੈੱਕ ਕੀਤਾ, ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਮਰੀਜ਼ਾਂ ਨੂੰ ਅੰਦਰ ਮਿਲ ਰਹੀਆਂ। ਐਮਰਜੈਂਸੀ ਵਾਰਡ ਵੀ ਸੀ ਜਿਹੜਾ ਉਹ ਬਿਲਕੁਲ ਫੁੱਲ ਸੀਗਾ, ਅਤੇ ਥੋੜ੍ਹੀ ਜਿਹੀ ਉਰੇ ਇੱਕ ਤਾਂ ਸੈਨੀਟੇਸ਼ਨ ਵਰਕਰਸ ਦੀ ਘਾਟ ਹੈਗੀ ਆ, ਉਹ ਐੱਸ ਐੱਮ ਸਾਹਿਬ ਨੂੰ ਅਸੀਂ ਅੱਜ ਕਹਿ ਦਿੱਤਾ ਹੈਗਾ, ਡੀ ਐੱਮ ਸੀ ਸਾਹਿਬ ਵੀ ਹੈਗੇ ਆ ਕਿ ਆਪਦਾ ਸੈਨੀਟੇਸ਼ਨ ਕੰਟਰੈਕਟ ਕਰ ਲੈਣਗੇ, ਅਤੇ ਨਾਲ ਹੀ ਜਿਹੜਾ ਹੈਗਾ ਉਹਦੇ ਨਾਲ ਤਾਂ ਕਿ ਸਫਾਈ ਦਾ ਜਿਹੜਾ ਪੱਧਰ ਹੈ ਇਹ ਵੀ ਬੈਟਰ ਹੋ ਜਾਏ, ਅਤੇ ਨਾਲ ਹੀ ਇਹਨਾਂ ਨੂੰ ਕਿਹਾ ਕਿ ਜਿਹੜਾ ਉਰੇ ਪਾਰਕਿੰਗ ਦਾ ਠੇਕਾ ਨਹੀਂ ਹੈਗਾ ਉਹ ਪਾਰਕਿੰਗ ਦਾ ਠੇਕਾ ਵੀ ਦੇ ਦਿਓ, ਪੈਸੇ ਚਾਹੇ ਘੱਟ ਆ ਜਾਣ ਪਰ ਘੱਟੋ ਘੱਟ 30 ਵਾਰ ਆਪਣੇ ਸਕੂਟਰ ਮੋਟਰਸਾਈਕਲ ਲੱਗਣੇ ਸ਼ੁਰੂ ਹੋ ਜਾਣਗੇ। ਤਾਂ ਐਂਬੂਲੈਂਸਾਂ ਵੀ ਖੁਲਾ ਕੇ ਚੈੱਕ ਕੀਤੀਆਂ, ਅਤੇ ਐਂਬੂਲੈਂਸਾਂ ਦੇ ਵਿੱਚ ਕੁਛ ਕਮੀਆਂ ਸੀਗੀਆਂ, ਅਤੇ ਉਸ ਨੂੰ ਵੀ ਤੁਰੰਤ ਠੀਕ ਕਰਨ ਦੇ ਕੀਤਾ ਹੈਗਾ। ਅਤੇ ਇਹ ਜਿਹੜੀ ਸਪੋਰਟਿਵ ਸੁਪਰਵੀਜ਼ਨ ਹੈ ਸਾਡੀ, ਸਾਡੇ ਪਹਿਲਾਂ ਵੀ ਏ ਡੀ ਆਏ ਸੀ ਉਹ ਦੇਖੇ ਗਏ ਆ, ਅਤੇ ਅੱਜ ਫਿਰ ਮੈਂ ਅੱਜ ਦੁਬਾਰਾ ਆਇਆ, ਅਤੇ ਇਹ ਚੱਲਦੀ ਰਹੂਗੀ ਜੀ ਲਗਾਤਾਰ ਜਿਹੜਾ ਸਾਡਾ ਉਹ ਹੈ। ਸੰਗਰੂਰ ਜ਼ਿਲ੍ਹਾ ਇੱਕ ਸੀ ਐੱਮ ਦਾ ਜ਼ਿਲ੍ਹਾ ਹੈਗਾ, ਇੱਥੇ 10 ਜਿਹੜੇ ਪੋਸਟਾਂ ਖਾਲੀ ਨੇ ਜਿਹੜੇ ਐਮਰਜੈਂਸੀ ਈ ਐੱਮ ਐੱਮ ਨੇ। ਕਿੱਥੇ? ਸੰਗਰੂਰ ਜ਼ਿਲ੍ਹੇ ਦੇ ਵਿੱਚ। ਪ੍ਰਕਿਰਿਆ ਹੈਗੀ ਹੈ, 400 ਤੋਂ ਵੱਧ ਡਾਕਟਰ ਹੈ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਸਰਕਾਰ ਨੇ ਪਹਿਲੀ ਪ੍ਰਕਿਰਿਆ ਆਰੰਭੀ ਹੋਈ ਹੈ, ਉਹਦਾ ਟੈਸਟ ਕਰਨ ਜਾ ਰਿਹਾ ਅਤੇ ਛੇਤੀ ਭਰ ਲਏ ਜਾਣਗੇ। ਔਰ ਜਿਹੜੇ ਕਿ ਸਪੈਸ਼ਲਿਸਟ ਡਾਕਟਰ ਹੈ ਲਗਭਗ 125 ਦੇ ਕਰੀਬ, ਜਿਹੜਾ NHM ਰਾਹੀਂ ਜਿਹੜਾ ਸਪੈਸ਼ਲਿਸਟ ਡਾਕਟਰ ਹੈ ਉਹ ਵੀ ਸਰਕਾਰ ਨੇ ਭਰਤੀ ਕਰ ਲਿਆ, ਤਾਂ ਉਹਨਾਂ ਨੇ ਆਪਦੀਆਂ ਡਿਊਟੀਆਂ ਪੰਜਾਬ ਦੇ ਵਿੱਚ ਜੁਆਇਨ ਕਰ ਲਈਆਂ।
ਲੁਧਿਆਣਾ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਬੇਕਰੀ 'ਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ। ਦਰਅਸਲ ਤਿਉਹਾਰੀ ਸੀਜ਼ਨ ਨੂੰ ਲੈ ਕੇ ਸਿਹਤ ਵਿਭਾਗ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ ਹੈ। ਇਸੇ ਦਰਮਿਆਨ ਲੁਧਿਆਣਾ ਦੇ ਵਿੱਚ ਸਿਹਤ ਵਿਭਾਗ ਨੇ ਬੇਕਰੀਆਂ 'ਤੇ ਕਾਰਵਾਈ ਕੀਤੀ ਹੈ ਅਤੇ ਉੱਥੇ ਹੀ ਦੱਸ ਦਈਏ ਕਿ ਖਰਾਬ ਅੰਡਿਆਂ ਦੇ ਨਾਲ ਵੱਖੋ ਵੱਖਰੇ ਤਰ੍ਹਾਂ ਦੇ ਫਰੂਟ ਕੇਕ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਸਨ, ਜਿਸ ਨੂੰ ਲੈ ਕੇ ਤਾਜਪੁਰ ਰੋਡ 'ਤੇ ਬਣੀ ਇੱਕ ਬੇਕਰੀ 'ਤੇ ਛਾਪਾ ਮਾਰਿਆ ਗਿਆ ਅਤੇ ਇੱਥੇ ਜਿਹੜਾ ਖਰਾਬ ਸਮਾਨ ਸੀ ਉਹ ਬਰਾਮਦ ਹੋਇਆ ਤਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਕਿ ਮਨੁੱਖੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਅਤੇ ਇਸੇ ਦੇ ਚੱਲਦਿਆਂ ਛਾਪੇਮਾਰੀ ਜਿਹੜੀ ਹੈ ਉਹ ਕੀਤੀ ਗਈ ਹੈ। ਉੱਥੇ ਦੱਸ ਦਈਏ ਕਿ ਬੇਕਰੀ ਦੇ ਵਿੱਚ ਗੰਦਗੀ ਜਿਹੜੀ ਪਾਈ ਗਈ ਹੈ, 4 ਕੁਇੰਟਲ ਦੇ ਕਰੀਬ ਟੁੱਟੇ ਹੋਏ ਅੰਡੇ ਮਿਲੇ ਨੇ ਜਿਸ ਤੋਂ ਕਿ ਫਰੂਟ ਕੇਕ ਬਣਾਇਆ ਜਾਣਾ ਸੀ, ਤਾਂ ਸਿਹਤ ਵਿਭਾਗ ਨੇ ਬੇਕਰੀ ਦੇ ਵਿੱਚੋਂ ਸੈਂਪਲ ਭਰੇ ਨੇ ਅਤੇ 4 ਕੁਇੰਟਲ ਦੇ ਕਰੀਬ ਟੁੱਟੇ ਹੋਏ ਅੰਡਿਆਂ ਦਾ ਸਮਾਨ ਬਰਾਮਦ ਹੋਇਆ ਅਤੇ ਉਸਨੂੰ ਨਸ਼ਟ ਕਰਨ ਦੀ ਗੱਲ ਆਖੀ ਹੈ ਅਤੇ ਇਸ ਦੇ ਨਾਲ ਹੀ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਕਿਆ ਨਾਮ ਹੈ? ਨੂਰ ਅਲੀ ਇਸਲਾਮ। ਨੂਰ ਅਲੀ ਇਸਲਾਮ, ਕੌਨ ਸੀ ਫੈਕਟਰੀ ਆਪਣਾ ਨਾਮ ਕਿਆ ਫੈਕਟਰੀ ਕਾ? ਯੇ ਨਗੀਨਾ ਬੇਕਰੀ। ਕਿਆ ਬਣਾਤੇ ਹੋ ਆਪ? ਫਰੂਟ ਕੇਕ। ਹੈ? ਫਰੂਟ ਕੇਕ। ਫਰੂਟ ਕੇਕ ਹੀ ਬਣਾਤੇ ਹੋ? ਓਨਲੀ ਜੀ ਫਰੂਟ ਕੇਕ ਹੀ ਬਣਾਤੇ। ਫਰੂਟ ਕੇਕ ਬਣਾਤੇ ਹੋ ਤੇ ਐਗ ਟੂਟੇ ਲੈ ਕੇ ਆਤੇ ਹੋ? ਹਾਂ, ਅੰਡੇ ਟੂਟੇ ਵੇ ਲਾਤੇ। ਖਰਾਬ ਵਾਲੇ ਜੋ ਹੋਤੇ ਹੈ? ਨਹੀਂ, ਖਰਾਬ ਨਹੀਂ ਹੋਤੇ ਹੋਏ। ਟੂਟੇ ਖਰਾਬ ਨਹੀਂ ਹੋਤੇ? ਚਿੱਟੇ ਅੰਡੇ ਹੋਤੇ ਹੈ, ਬਸ ਥੋੜਾ ਕਿਰੇਗ ਹੋਤੇ ਹੈ, ਉਨਕੋ ਤੋੜ ਕੇ ਲੈ ਆਤੇ ਹੈ ਹਮ ਕੈਨੀ ਮੈਂ ਡਾਲ ਕੇ। ਅੱਛਾ, ਕੈਨੀ ਮੈਂ ਡਾਲ ਕੇ ਲੈ ਆਤੇ ਹੈ। ਜੀ ਜੀ। ਔਰ ਇਸੇ ਬਣਾਤੇ ਕਿੰਨੇ ਦਿਨ ਰੱਖਤੇ ਹੋ ਇਸ ਅੰਡੇ ਕੋ? ਬਸ ਜੈਸੇ ਆਜ ਲਾਏਗੇ ਕੱਲ ਆਜ ਹੀ ਖਤਮ ਕਰ ਦੇਗੇ, ਕੱਲ ਕੋ ਦੂਸਰਾ ਫੇਲ ਆਏਗਾ। ਓਕੇ, ਉਸੇ ਦਿਨ ਖਤਮ ਕਰਨਾ ਪੜਦਾ। ਹਾਂਜੀ ਹਾਂਜੀ, ਮੈਂ ਡਾਕਟਰ ਅਮਰਜੀਤ ਕੌਰ, THO ਲੁਧਿਆਣਾ। ਅੱਜ ਸਾਨੂੰ ਇੱਕ ਐਨੋਨੀਮਸ ਕੰਪਲੇਂਟ ਆਈ ਸੀ ਕਿ ਨਗੀਨਾ ਬੇਕਰੀ ਤਾਜਪੁਰ ਰੋਡ ਇੱਥੇ ਗੰਦੇ ਐਗ ਯੂਜ ਕਰ ਰਹੇ ਹੈਗੇ ਆ ਫਰੂਟ ਕੇਕ ਬਣਾਉਣ ਲਈ, ਅਤੇ ਅੱਜ ਅਸੀਂ ਵਿਜ਼ਿਟ ਕੀਤਾ ਅਤੇ ਸਾਨੂੰ ਕਾਫੀ ਸਾਰਾ ਅਰਾਊਂਡ 4 ਕੁਇੰਟਲ ਬਰੋਕਨ ਔਰ ਰੋਟਨ ਐਗਸ ਮਿਲੇ ਹੈਗੇ ਆ ਜਿਹੜੇ ਇਹਨਾਂ ਨੇ ਡਰਮਸ ਦੇ ਵਿੱਚ ਪਾ ਕੇ ਰੱਖੇ ਹੈ, ਅਤੇ ਅਸੀਂ ਆਪਣੇ ਸੈਂਪਲਸ ਲੈ ਲਏ ਹੈਗੇ, 3 ਸੈਂਪਲਸ ਲਏ ਹਾਂ। ਪ੍ਰਪੇਅਰਡ ਫਰੂਟ ਕੇਕ ਹੈ, ਬ੍ਰੈਡ ਹੈਗੀ ਹੈ ਇਹਨਾਂ ਦੀ, ਅਤੇ ਐਗਸ ਜਿਹੜੇ ਤੋੜ ਕੇ ਰੱਖੇ ਹੋਏ ਉਹਨਾਂ ਦੇ ਵਿੱਚੋਂ ਜਿਹੜਾ ਸਮਾਨ ਅੰਡਰ ਸਮ ਮਿਲਿਆ ਹੈਗਾ ਇਹਨਾਂ ਦਾ ਆਪਾਂ ਕੀ ਕਰਾਂਗੇ? ਜਿਹੜਾ ਇਹਨਾਂ ਦਾ ਗੰਦਾ ਸਮਾਨ ਇੱਥੋਂ ਜਿਹੜਾ ਮਤਲਬ ਸਾਰਾ ਰੋਟਨ ਜਿਹੜੇ ਐਗਸ ਮਿਲੇ ਨੇ ਇਹਨਾਂ ਦਾ ਕੀ ਕਰ ਲਈ? ਅਸੀਂ ਡਿਸਟ੍ਰੋਏ ਕਰਵਾ ਰਹੇ ਹੈਗੇ ਸਾਰੇ ਐਗਸ, ਔਰ ਜਿਹੜਾ ਪ੍ਰੀਪੇਅਰਡ ਫੂਡ ਹੈਗਾ, ਐਗਸ 4 ਕੁਇੰਟਲ ਦੇ ਆਸ ਪਾਸ ਹੈ ਔਰ ਪ੍ਰੀਪੇਅਰਡ ਫੂਡ ਦੀ ਅਰਾਊਂਡ 50 ਡੱਬੇ ਹੈਗੇ ਹੈ, ਜਿਹਨਾਂ ਨੂੰ ਡਿਸਟ੍ਰੋਏ ਕਰਵਾ ਰਹੇ। ਜੀ, ਔਰ ਇਹਨਾਂ ਦਾ ਇਹਨਾਂ 'ਤੇ ਕੀ ਐਕਸ਼ਨ ਕੀ ਲਿਆ ਜਾਏਗਾ? ਅਨਹਾਈਜੀਨਿਕ ਚਲਾਨ ਕੱਟਿਆ ਅਤੇ ਵਿਦਆਊਟ ਲਾਇਸੈਂਸ ਇਹ ਕੰਮ ਕਰ ਰਹੇ ਹੈਗੇ ਹਾਂ, ਤਾਂ ਉਹਦੇ ਅਗੇਂਸਟ ਵੀ ਐਕਸ਼ਨ ਹੋਏਗਾ।